ਈ ਡੀ ਈ ਡੀ ਨੂੰ ਸਿਹਾਰੀ ਸਸਾ ਇਸ ਤੱਤਾ ਰਾਰਾ ਰਾਰੇ ਦੇ ਪੈਰ 'ਚ ਹਾਂ ਨਾਲੇ ਨਾਲ ਕੰਨਾ ਉੱਤੇ ਬਿੰਦੀ ਰਾਂ ਤਰਾਂ ਕਕਾ ਨਾਣਾ ਕਕਾ ਕਣਕ ਬੱਬਾ ਬੱਬੇ ਨੂੰ ਸਿਹਾਰੀ ਲੱਲਾ ਬਿਲ ਕਕਾ ਕਕੇ ਨੂੰ ਔਂਕੜ ਲੱਲਾ ਕੁਲ ਸਸਾ ਸਸੇ ਨੂੰ ਕੰਨਾ ਸਾ ਫ ਫ ਫੇ ਪਰ ਬਿੰਦੀ ਫ ਸਾਫ ਹਾ ਹਾ ਹੇ ਨੂੰ ਹੋੜਾ ਹੋ ਜਜਾ ਜਿ ਜ ਨੂੰ ਕੰਨਾ ਉੱਤੇ ਬਿੰਦੀ ਜਾਂ ਦੱਦਾ ਤਦੇ ਨੂੰ ਬਿਹਾਰੀ ਦੀ ਜਾਂਦੀ ਹਾ ਹਾ ਹੇ ਨੂੰ ਦੁਲਾਵਾ ਹੈ ਇਸ ਤਰ੍ਹਾਂ ਕਣਕ ਬਿਲਕੁਲ ਸਾਫ਼ ਹੋ ਜਾਂਦੀ ਹੈ ਫਫਾ ਫਫੇ ਨੂੰ ਲ ਫੇ ਰ ਰ ਫੇ ਦ ਦਦ ਦੇ ਨੂੰ ਹੋੜਾ ਦੋ ਬਬਾ ਬਬੇ ਉੱਤੇ ਟਿੱਪੀ ਬੰਦ ਦਦਾ ਦਦੇ ਨੂੰ ਲਾਂਦੇ ਬੰਦੇ ਮਮਾ ਮੰਮੀ ਨੂੰ ਸਿਹਾਰੀ ਮੀ ਲੱਲਾ ਮਿਲ ਕਕਾ ਕਕੇ ਨੂੰ ਲਾਂਕੇ ਮਿਲਕੇ ਕਕਾ ਨਾਣਾ ਕਕਾ ਕਣਕ ਬਬਾ ਬਬੇ ਨੂੰ ਹੋੜਾ ਬੋ ਰਾਰਾ ਰਾਰੇ ਨੂੰ ਬਿਹਾਰੀ ਜੀ ਆੜਾ ਡੰਨ ਕੰਨਾ ਉੱਤੇ ਬਿੰਦੀਆਂ ਬੋਰੀਆਂ ਵਿੱਚ ਪੱਬਾ ਰਾਰਾ ਭਾਰ ਲੈ ਲਲਾ ਲਿੰ ਦੁਲਾਵਾਂ ਉੱਤੇ ਬਿੰਦੀ ਲੈ ਦੱਦਾ ਦਦੇ ਨੂੰ ਲਾਂਦੇ ਲੈਂਦੇ ਹਾਨਾ ਨੰਨਾ ਹਾਨ ਫੇਰ ਦੋ ਬੰਦੇ ਮਿਲ ਕੇ ਕਣਕ ਬੋਰੀਆਂ ਵਿੱਚ ਭਰ ਲੈਂਦੇ ਹਨ ਆੜਾ ਆੜੇ ਉੱਤੇ ਅੱਦਕ ਜੱਜਾ ਅੱਜ ਦੱਦਾ ਤਦੇ ਨੂੰ ਕੰਨਾ ਦਾ ਯਯਾ ਯੈਨ ਔਂਕੜ ਉੱਤੇ ਅਦਕ ਗੱਗਾ ਯੁਗ ਮਮਾ ਛਸ਼ਾ ਛਸ਼ੇ ਨੂੰ ਬਿਹਾਰੀ ਸ਼ੀ ਨੰਨਾ ਨਨੇ ਨੂੰ ਬਿਹਾਰੀ ਨੀ ਮਸ਼ੀਨੀ ਯੁਗ ਹੈ ਅੱਜ ਦਾ ਯੁਗ ਮਸ਼ੀਨੀ ਯੁਗ ਹੈ ਅੱਜ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਪਰਿਵਰਤਨ ਆ ਚੁੱਕਿਆ ਹੈ ਖੇਤਾਂ ਵਿੱਚ ਜਿਹੜੇ ਕੰਮ ਪਹਿਲਾਂ ਹੱਥਾਂ ਨਾਲ ਹੁੰਦੇ ਸਨ ਉਹਨਾਂ ਸਾਰੇ ਕੰਮਾਂ ਲਈ ਹੁਣ ਮਸ਼ੀਨਾਂ ਉਪਲਬਧ ਹਨ ਆੜਾ ਆੜੇ ਉੱਤੇ ਟਿੱਪੀ ਜੱਜਾ ਅੱਜ ਫ ਫ ਫ ਫ ਫ ਬਿੰਦੀ ਫ ਸ ਸ ਲ ਲ ਫਸਲ ਮੀਨਸ ਕ੍ਰੋਪਸ ਫਸਲਾਂ ਜਿਹਨੂੰ ਬੋਲਦੇ ਆ ਫਸਲ ਦ ਦ ਦੇ ਨੂੰ ਬਿਹਾਰੀ ਦੀ ਕ ਕ ਟੈਂਕਾ ਟੈਂਕੇ ਨੂੰ ਕੰਨਾ ਟਾ ਈੜੀ ਈੜੀ ਨੂੰ ਬਿਹਾਰੀ ਈ ਕਟਾਈ ਤ ਤ ਤੇ ਨੂੰ ਲਾਂ ਤੇ ਗ ਗ ਹ ਹ ਹ ਹ ਨੂੰ ਕੰਨਾ ਹ ਈੜੀ ਈੜੀ ਨੂੰ ਬਿਹਾਰੀ ਈ ਗਹਾਈ ਜੋ ਗਹਾਈ ਜੋ ਇਹ ਕਰ ਰਹੇ ਸਨ ਦਾਤਰੀ ਨਾਲ ਇਹਨਾਂ ਨੂੰ ਕੱਟ ਰਹੇ ਸਨ ਮਸ਼ੀਨਾ ਕੰਨਾ ਨਨੇ ਨੂੰ ਕੰਨਾ ਨਾਲ ਲੱਲਾ ਨਾਲ ਹਾ ਹਾ ਹੇ ਨੂੰ ਬਿਹਾਰੀ ਹੀ ਹਾ ਹਾ ਹੇ ਨੂੰ ਔਂਕੜ ਉੱਤੇ ਟਿੱਪੀ ਹੁਣ ਦੱਦਾ ਦਦੇ ਨੂੰ ਬਿਹਾਰੀ ਦੀ ਹੁੰਦੀ ਹਾ ਹਾ ਦੁਲਾਵਾ ਹੈ ਅੱਜ ਫਸਲ ਦੀ ਕਟਾਈ ਤੇ ਗਹਾਈ ਦੋਨੋਂ ਚੀਜ਼ਾਂ ਮਸ਼ੀਨਾਂ ਨਾਲ ਹੀ ਹੁੰਦੀ ਹੈ ਹਾ ਹਾ ਹੇ ਨੂੰ ਔਂਕੜ ਨਾਣਾ ਹੁਣ ਹਾ ਹਾ ਹੇ ਨੂੰ ਔਂਕੜ ਹੂ ਨਾਣਾ ਹੁਣ ਤਤ ਤਤ ਤੈਨੂੰ ਕੰਨਾ ਉੱਤੇ ਬਿੰਦੀ ਤਾਂ ਕ ਕ ਕੇ ਨੂੰ ਲਾਂ ਕੇ ਵਵ ਵਾਵਾ ਲੱਲਾ ਵਲ ਕੇਵਲ ਥੱਥਾ ਥੱਥੇ ਨੂੰ ਹੋੜਾ ਥੋ ਰੜਾ ਰੜੇ ਦੇ ਪੈਰ ਚ ਹਾ ਹਾ ਨੂੰ ਸਿਹਾਰੀ ਨੂੰ ਬਿਹਾਰੀ ਥੋੜੀ ਜੱਜਾ ਜੱਜੇ ਦੇ ਪੈਰ ਚ ਬਿੰਦੀ ਜ਼ ਮਮਾ ਮਮੇ ਨੂੰ ਬਿਹਾਰੀ ਮੀ ਨੰਨਾ ਮੀਂ ਜ਼ਮੀਨ ਵਾਵਾ ਵਾਵੇ ਨੂੰ ਕੰਨਾ ਵਾ ਲੱਲਾ ਲੱਲੇ ਨੂੰ ਲਾਂਲੇ ਵਾਲੇ ਜੱਜਾ ਜੱਜੇ ਨੂੰ ਸਿਹਾਰੀ ਜੀ ਜੀ ਮम्मा ਮੰਮੇ ਨੂੰ ਬਿਹਾਰੀ ਮੀ ਉੱਤੇ ਬਿੰਦੀ ਜਿਮੀ ਦੱਦਾ ਦਦੈ ਨੂੰ ਕੰਨਾ ਦਾ ਰਾਰਾ ਰਾਰਾ ਦਾਰ ਜਿਮੀਦਾਰ ਹਾ ਹਾ ਹਏ ਨੂੰ ਬਿਹਾਰੀ ਹੀ ਬੱਬਾ ਲੱਲਾ ਬਲ ਦੱਦਾ ਦਦੈ ਨੂੰ ਕੰਨਾ ਉੱਤੇ ਬਿੰਦੀ ਬਲਦਾ ਨੰਨਾ ਨੰਨੇ ਨੂੰ ਕੰਨਾ ਨਾ ਲੱਲਾ ਨਾਲ ਕਕਾ ਨਾਣਾ ਕਕਾ ਕਣਕ ਗੱਗਾ ਗਗੇ ਨੂੰ ਕੰਨਾ ਉੱਤੇ ਬਿੰਦੀ ਗਾਂ ਹਾ ਹਾ ਗਾਂ ਦੱਦਾ ਦਦੈ ਨੂੰ ਲਾਂਦੇ ਗਾਂਦੇ ਹਾ ਹਾ ਨੰਨਾ ਹਨ ਹੁਣ ਤੱਕ ਕੇਵਲ ਥੋੜੀ ਜ਼ਮੀਨ ਵਾਲੇ ਜ਼ਿਮੀਦਾਰ ਹੀ ਬਲਦਾ ਨਾਲ ਕਣਕ ਗਾਉਂਦੇ ਹਨ ਗਾਉਂਦੇ ਹਨ ਮੀਨਸ ਜਿਨ੍ਹਾਂ ਕੋਲ ਥੋੜੀਆਂ ਜ਼ਮੀਨਾਂ ਹਨ ਉਹ ਫਿਰ ਮਸ਼ੀਨਾਂ ਲੈ ਕੇ ਮਸ਼ੀਨਾਂ ਦਾ ਖਰਚਾ ਪੂਰਾ ਨਹੀਂ ਕਰ ਪਾਉਂਦੇ ਇਸ ਲਈ ਉਹ ਹੀ ਬਲਦਾ ਦੇ ਨਾਲ ਕਣਕਾਂ ਨੂੰ ਗਾਉਂਦੇ ਹਨ ਗਾਉਂਦੇ ਹਨ ਆੜਾੜਨ ਕੰਨਾ ਊੜਾ ਆੜਾੜਨ ਕੰਨਾ ਆ ਊੜਾ ਊੜੇ ਨੂੰ ਔਂਕਰ ਆਓ ਊੜਾ ਊੜੇ ਨੂੰ ਔਂਕਰ ਉ ਆਓ ਤੱਤਾ ਤੱਤੇ ਨੂੰ ਔਂਕੜ ਤੂ ਹਾ 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 ਇਹ ਨੂੰ ਕੰਨਾ ਹਾ ਤੂ ਹਾ ਨੰਨਾ ਨੰਨੇ ਨੂੰ ਦੁਲੈਂਕੜ ਉੱਤੇ ਟਿੱਪੀ ਨੂੰ ਤੁਹਾਨੂੰ ਊੜਾ ਊੜੇ ਨੂੰ ਔਂਕੜ ਊ ਸਸਾ ਉਸ ਵਵ ਵਾ ਵਾਵੇ ਤੇ ਅਦਕ ਵ ਡੱਡਾ ਡੱਡੇ ਨੂੰ ਲਾਂ ਡੇ ਵੱਡੇ ਖਖਾ ਖਖੇ ਨੂੰ ਲਾਂ ਖੇ ਤੱਤਾ ਖੇਤ ਵਾਵਾ ਵਾਵੇ ਨੂੰ ਮਦਕ ਲੱਲਾ ਵੱਲ ਲੱਲਾ ਲੱਲੇ ਨੂੰ ਦੁਲਾਵਾਂ ਲੈ ਛਛਾ ਚੱਚੇ ਉੱਤੇ ਅਦਕ ਚ ਲੱਲਾ ਲਿੰਬਿਹਾਰੀ ਲੀ ਈੜੀ ਗਿੜੀ ਨੂੰ ਲਾ ਏ ਚੱਲੀਏ ਆਓ ਤੁਹਾਨੂੰ ਉਸ ਵੱਡੇ ਖੇਤ ਵੱਲ ਲੈ ਚੱਲੀਏ ਊੜਾ ਊੜੇ ਨੂੰ ਔਂਕਰ ਉੱਤੇ ਅੱਦਕ ਊ ਥੱਥਾ ਥੱਥੇ ਨੂੰ ਲਾ ਥੇ ਉੱਥੇ ਮਮਾ ਸ਼ਸ਼ਾ ਸ਼ਸ਼ੇ ਨੂੰ ਬਿਹਾਰੀ ਸ਼ੀ ਨੰਨਾ ਮਸ਼ੀਨ ਨੰਨਾ ਨੰਨੇ ਨੂੰ ਕੰਨਾ ਨਾ ਲੱਲਾ ਨਾਲ ਕਕਾ ਨਾਣਾ ਕਕਾ ਕਣਕ ਦੀ ਵਾਵਾ ਵਾਵੇ ਨੂੰ ਕੰਨਾ ਟਡਾ ਟਡੇ ਨੂੰ ਬਿਹਾਰੀ ਟੀ ਵਾਡੀ ਹਾ 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 ਇਹਨੂੰ ਹੋੜਾ ਹੋ ਰਾਰਾ ਹਾ 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 ਇਹਨੂੰ ਬਿਹਾਰੀ ਹੀ ਰਹੀ ਹੈ ਉੱਥੇ ਮਸ਼ੀਨ ਨਾਲ ਕਣਕ ਦੀ ਵਾਢੀ ਹੋ ਰਹੀ ਹੈ ਕਣਕ ਦੀ ਵਾਢੀ ਦਾ ਪਿਕਚਰ ਦਿਖਾਇਆ ਦੀ ਤਸਵੀਰ ਦਿਖਾਈ ਗਈ ਹੈ ਕਿ ਕਿਸ ਤਰ੍ਹਾਂ ਕਣਕਾਂ ਦੀ ਵਾਢੀ ਮਸ਼ੀਨਾਂ ਨਾਲ ਹੁੰਦੀ ਹੈ ਨੰਨਾ ਨੰਨੇ ਨੂੰ ਕੰਨਾ ਨਾ ਲੱਲਾ ਨਾਲ ਹਾ 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 ਇਹਨੂੰ ਬਿਹਾਰੀ ਹੀ ਗੱਗਾ ਹਾ ਹਾ ਹੇ ਨੂੰ ਕੰਨਾ ਹਾ ਈੜੀ ਈੜੀ ਨੂੰ ਬਿਹਾਰੀ ਈ ਗਹਾਈ ਕਕਾ ਰਾਰਾ ਨੰਨਾ ਕਰਨ ਵਾ ਵਾ ਵੇ ਨੂੰ ਕੰਨਾ ਵਾ ਲਲਾ ਲਲੇ ਨੂੰ ਬਿਹਾਰੀ ਲੀ ਵਾਲੀ ਮਮਾ ਸ਼ਸ਼ਾ ਸ਼ਸ਼ੀ ਨੂੰ ਬਿਹਾਰੀ ਸ਼ੀ ਨੰਨਾ ਮਸ਼ੀਨ ਹੈ ਨਾਲ ਹੀ ਗਹਾਈ ਕਰਨ ਵਾਲੀ ਵੀ ਮਸ਼ੀਨ ਹੈ ਕਰਨ ਵਾਲੀ ਮਸ਼ੀਨ ਹੈ ਗਹਾਈ ਮੀਨਸ ਛਟੀਆਂ ਸਿੱਟਿਆਂ ਦੇ ਵਿੱਚੋਂ ਤਤਾਂ ਤਤੇ ਨੂੰ ਦੁਲੈਂਕੜ ਤੂ ਡੜਾ ਰੜੇ ਨੂੰ ਬਿਹਾਰੀ ੜੀ ਤੂੜੀ ਆੜਾ ਆੜੀ ਉੱਤੇ ਅੱਦਕ ਡੱਡਾ ਅੱਡ ਹਾ ਹਾ ਹੇ ਨੂੰ ੜਾ ਹੋ ਹੋ ਕਕਾ ਕਕੇ ਨੂੰ ਲਾਂ ਕੇ ਆੜਾ ਆੜੇ ਉੱਤੇ ਅੱਦਕ ਅ ਗੱਗਾ ਗਗੇ ਨੂੰ ਲਾਂਗੇ ਅੱਗੇ ਵਾ ਵਾ ਵੇ ਉੱਤੇ ਅੱਦਕ ਵ ਲਲ ਵਲ ਟੱਡਾ ਟਡੇ ਨੂੰ ਲਾਂ ਟੇ ਰੜਾ ਟੇੜ ਹਾ ਹਾ ਹੇ ਨੂੰ ੜਾ ਹੋ ਈੜੀ ਈੜੀ ਨੂੰ ਬਿਹਾਰੀ ਈ ਹੋਈ ਜਜਾ ਜਜੇ ਨੂੰ ਕੰਨਾ ਉੱਤੇ ਬਿੰਦੀ ਜਿਜਾ ਦੱਦਾ ਦੱਦੇ ਨੂੰ ਬਿਹਾਰੀ ਦੀ ਜਾਂਦੀ ਹਾ ਹਾ ਹਾਹੇ ਨੂੰ ਦੁਲਾਵਾ ਹੈ ਟੂੜੀ ਅੱਡ ਹੋ ਕੇ ਅੱਗੇ ਵੱਲ ਢੇਰ ਹੋਈ ਜਾਂਦੀ ਹੈ ਦੱਦਾ ਦੱਦੇ ਨੂੰ ਕੰਨਾ ਦਾ ਨਾਣਾ ਨਾਣੀ ਨੂੰ ਲਾਣੇ ਦਾਣੇ ਹਾ ਹਾ ਹਾਏ ਨੂੰ ਲਾਹੇ ਠੱਠਾ ਠੱਠੇ ਨੂੰ ਕੰਨਾ ਉੱਤੇ ਬਿੰਦੀ ਠਾਂ ਏਠਾਂ ਬੱਬਾ ਬੱਬੇ ਨੂੰ ਹੋੜਾ ਬੋ ਰਾਰਾ ਰਾਰੇ ਨੂੰ ਬਿਹਾਰੀ ਰੀ ਬੋਰੀ ਵਿੱਚ ਪੱਪਾ ਪੱਪੇ ਨੂੰ ਦੁਲਾਵਾ ਪੈ ਉਤ ਨਾਲ ਬਿੰਦੀ ਪੈ ਦੱਦਾ ਦੱਦੇ ਨੂੰ ਲਾਂਦੇ ਪੈਂਦੇ ਰਾਰਾ ਹਾ 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 ਇਹ ਨੂੰ ਸਿਹਾਰੀ ਉੱਤੇ ਟਿੱਪੀ ਰਹਿ ਦੱਦਾ ਦੱਦੇ ਨੂੰ ਲਾਂਦੇ ਰਹਿੰਦੇ ਹਾ ਹਾ ਨੰਨਾ ਹਨ ਦਾਣੇ ਹੀਠਾਂ ਬੋਰੀ ਵਿੱਚ ਪੈਂਦੇ ਰਹਿੰਦੇ ਹਨ ਜੋ ਵੇਸਟ ਹੈ ਉਹ ਅਲੱਗ ਹੋ ਜਾਂਦਾ ਹੈ ਜਿਸ ਨੂੰ ਤੂੜੀ ਕਹਿੰਦੇ ਹਨ ਤੂੜੀ ਅਲੱਗ ਹੋ ਜਾਂਦੀ ਹੈ ਅਤੇ ਦਾਣੇ ਹੀਠਾਂ ਬੋਰੀ ਵਿੱਚ ਪੈਂਦੇ ਰਹਿੰਦੇ ਹਨ ਵਾਵਾ ਵਾਵੇ ਨੂੰ ਸਿਹਾਰੀ ਵੀ ਸਸਸ ਸੇ ਨੂੰ ਕੰਨਾ ਸਾ ਵਿਸਾ ਖਖਖ ਕਕੇ ਨੂੰ ਬਿਹਾਰੀ ਖੀ ਵਿਸਾਖੀ ਵਾ ਵ ਵਵਿਨ ਕੰਨਾ ਵਾ ਲੱਲਾ ਲੱਲੇ ਨੂੰ ਲਾਂ ਲੇ ਵਾਲੇ ਦੱਦਾ ਦਦੇ ਨੂੰ ਬਿਹਾਰੀ ਦੀ ਨੰਨਾ ਦਿਨ ਗੱਗਾ ਗਗੇ ਨੂੰ ਔਂਕੜ ਗੁਰੂ ਰਾਰਾ ਰਾਲੇ ਨੂੰ ਦੁਲੈਂਕੜ ਰੂ ਗੁਰੂ ਇਹ ਹੈ ਇਤਿਹਾਸਿਕ ਮਹੱਤਤਾ ਗੁਰੂ ਗੱਗਾ ਗਗੇ ਨੂੰ ਹੋੜਾ ਗੋ ਬੱਬਾ ਬੱਬੇ ਨੂੰ ਸਿਹਾਰੀ ਬੀ ਉੱਤੇ ਟਿੱਪੀ ਬਿੰਦ ਦੱਦਾ ਬਿੰਦ ਗੋਬਿੰਦ ਸਸਾ ਸਸੇ ਨੂੰ ਸਿਹਾਰੀ ਉੱਤੇ ਟਿੱਪੀ ਸਿੰਘ ਖੱਗਾ ਸਿੰਘ ਜੱਜਾ ਜਜੇ ਨੂੰ ਬਿਹਾਰੀ ਜੀ ਨ ਨ ਨੇ ਨੂੰ ਲਾ ਨੇ ਕ ਕ ਕੇ ਪਰ ਬਿੰਦੀ ਖ ਖੇ ਨੂੰ ਕੰਨਾ ਖਾ ਲ ਲਾ ਖਾਲ ਸ ਸ ਸੇ ਨੂੰ ਕੰਨਾ ਸਾ ਖਾਲਸਾ ਪ ਪਾ ਪਪੇ ਉੱਤੇ ਟਿਪੀ ਪੰਥ ਥ ਥਾ ਪੰਥ ਸ ਸ ਸੇ ਨੂੰ ਕੰਨਾ ਸਾ ਜ ਜਾ ਜਜੇ ਨੂੰ ਸਿਹਾਰੀ ਜੇ ਆ ੜਾ ੜਿ ਨੂੰ ਕੰਨਾ ਆ ਸਾਜਿਆ ਸ ਸ ਸੇ ਨੂੰ ਬਿਹਾਰੀ ਸੀ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਖਾਲਸਾ ਪੰਥ ਸਾਜਿਆ ਸੀ ਉਹਨਾਂ ਨੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਸੀ ਊੜਾ ਊੜੇ ਨੂੰ ਔਂਕਰ ਊ ਨੰਨਾ ਨਨੇ ਦੇ ਪੈਰ ਚ ਹਾ ਹਾ ਨਾਲ ਕੰਨਾ ਉੱਤੇ ਬਿੰਦੀ ਉਹਨਾਂ ਨੰਨਾ ਨਨੇ ਨੂੰ ਲਾਨੇ ਆੜਾ ਆੜੇ ਉੱਤੇ ਅੱਦਕ ਮਮੇ ਦੇ ਪੈਰ ਚ ਰਾਰਾ ਨਾਲ ਸਿਹਾਰੀ ਅਮਰੀ ਤੱਤਾ ਅੰਮ੍ਰਿਤ ਛਛਾ ਕਕਾ ਕਕੇ ਨੂੰ ਕੰਨਾ ਕਾ ਛਕਾ ਕਕਕਕੇ ਨੂੰ ਲਾ ਕੇ ਛਕਾ ਕੇ ਨੰਨਾ ਨੰਨੇ ਨੂੰ ਸਿਹਾਰੀ ਨੀ ਰਾਰਾ ਬੱਬਾ ਲੱਲਾ ਨਿਰਬਲ ਨਿਰਬਲ ਹੁੰਦੇ ਕਮਜ਼ੋਰ ਲੱਲਾ ਲੱਲੇ ਨੂੰ ਹੋੜਾ ਲੋਕ ਕਕ ਕੇ ਨੂੰ ਕੰਨਾ ਉੱਤੇ ਬਿੰਦੀ ਘਾਂ ਲੋਕਾਂ ਨੰਨਾ ਨੰਨੇ ਨੂੰ ਦੁਲਾ ਦੁਲੈਂਕੜ ਉੱਤੇ ਟਿੱਪੀ ਨੂੰ ਬੱਬਾ ਲੱਲਾ ਬਲ ਵਾਵਾ ਵਾਵੇ ਨੂੰ ਕੰਨਾ ਨਾਲ ਨੰਨਾ ਵਾਨ ਬਲਵਾਨ ਬੱਬਾ ਨਾਣਾ ਨਾਣੀ ਨੂੰ ਕੰਨਾ ਬਣਾ ਈੜੀ ਈੜੀ ਨੂੰ ਸਿਹਾਰੀ ਏ ਆੜਾ ਆੜੇ ਨੂੰ ਕੰਨਾ ਆ ਬਣਾਇਆ ਸਸ ਸਸੇ ਨੂੰ ਬਿਹਾਰੀ ਸੀ ਉਹਨਾਂ ਨੇ ਅੰਮ੍ਰਿਤ ਛਕਾ ਕੇ ਨਿਰਬਲ ਲੋਕਾਂ ਨੂੰ ਬਲਵਾਨ ਬਣਾਇਆ ਸੀ ਵਾ ਵਾ ਵਾਵੇ ਨੂੰ ਸਿਹਾਰੀ ਵੀ ਸਸ ਸਸੇ ਨੂੰ ਕੰਨਾ ਸਾ ਖ ਖ ਖੇ ਨੂੰ ਬਿਹਾਰੀ ਕੀ ਵਿਸਾਖੀ ਖ ਖ ਖੇ ਪਰ ਬਿੰਦੀ ਖਾ ਖ ਖੇ ਨੂੰ ਕੰਨਾ ਖਾ ਲ ਲਾ ਖਾਲ ਸਸ ਸਸੇ ਨੂੰ ਲਾਂ ਸੇ ਖਾਲ ਸੇ ਦ ਦ ਦ ਨੂੰ ਕੰਨਾ ਦਾ ਪਪਾ ਵਾਵਾ ਵਵੇ ਨੂੰ ਸਿਹਾਰੀ ਉੱਤੇ ਅਦਕ ਵਿ ਪਵਿ ਤੱਤਾ ਰਾਰਾ ਤਰਪ ਵਿਤਰ ਦਦਦ ਦੇ ਨੂੰ ਸਿਹਾਰੀ ਨੰਨਾ ਦਿਨ ਹਾਹਾ ਹਾਏ ਨੂੰ ਦੁਲਾਵਾ ਹੈ ਵਿਸਾਖੀ ਖਾਲਸੇ ਦਾ ਪਵਿੱਤਰ ਦਿਨ ਹੈ ਈੜੀ ਈੜੀ ਨੂੰ ਸਿਹਾਰੀ ਸਸ ਇਸ ਦਦਦ ਦੇ ਨੂੰ ਸਿਹਾਰੀ ਦੀ ਨੰਨਾ ਦਿਨ ਥਥਾ ਥੇ ਨੂੰ ਕੰਨਾ ਉੱਤੇ ਬਿੰਦੀ ਥਾਂ ਥਾਂ ਮਮਾ ਮਮੇ ਨੂੰ ਲਾਂ ਮੇ ਲੱਲਾ ਲੱਲੇ ਨੂੰ ਲਾਂ ਲੇ ਲੱਲਾ ਲੱਲੇ ਨੂੰ ਲਾਂ ਲੈ ਮੇਲੇ ਲੱਲਾ ਲੱਲੇ ਟਟ ਲੱਲੇ ਤੇ ਅੱਧਕ ਗੱਗਾ ਲੱਗ ਦੱਦਾ ਦੱਦੇ ਨੂੰ ਲਾਂ ਦੇ ਲਗਦੇ ਹਨ ਨਾ ਹਨ ਇਸ ਦਿਨ ਵਿਸਾਖੀ ਵਾਲੇ ਦਿਨ ਤਾਂ-ਤਾਂ ਤੇ ਮੇਲੇ ਵੀ ਲੱਗਦੇ ਹਨ ਲੋਕ ਖੂਬ ਇੰਜੋਏ ਕਰਦੇ ਹਨ ਲੱਲਾ ਲੱਲੇ ਨੂੰ ਹੋੜਾ ਲੋਕ ਕਕਕੇ ਨੂੰ ਬਿਹਾਰੀ ਕੀ ਲੋਕੀ ਪੱਬਾ ਪੱਬੇ ਉੱਤੇ ਟਿੱਪੀ ਭੰਗ ਗੱਗਾ ਭੰਗ ਰਾੜਾੜੇ ਨੂੰ ਲਾੜੇ ਭੰਗੜੇ ਇਹ ਹੈ ਤਸਵੀਰ ਭੰਗੜਾ ਪਾਉਣ ਦੀ ਪਪਾ ਪਪੇ ਨੂੰ ਕੰਨਾ ਪਾ ਊੜਾ ਊੜੇ ਨੂੰ ਔਂਕੜ ਉੱਤੇ ਬਿੰਦੀ ਪਾਉ ਦੱਦਾ ਦੱਦੇ ਨੂੰ ਲਾਂ ਦੇ ਪਾਉਂਦੇ ਹਾ ਹਨੰਨਾ ਹਨ ਆੜਾ ਤੱਤਾ ਤੱਤੇ ਨੂੰ ਲਾਤੇ ਅਤੇ ਖਖਖਖੇ ਪੈਰ ਬਿੰਦੀ ਖਖਖੇ ਨੂੰ ਦੁਲੈਂਕੜ ਖੂ ਬੱਬਾ ਖੂਬ ਖਖਖਖੇ ਪੈਰ ਬਿੰਦੀ ਖਖਖੇ ਨੂੰ ਔਂਕੜ ਖੂ ਸਸ ਸਸੇ ਪੈਰ ਬਿੰਦੀ ਸ਼ ਸ਼ਸ਼ੇ ਨੂੰ ਬਿਹਾਰੀ ਸ਼ੀ ਆੜਾ ਰੇਨ ਕੰਨਾ ਆ ਉੱਤੇ ਬਿੰਦੀ ਖੁਸ਼ੀਆਂ ਮਮਾ ਨੰਨਾ ਨੰਨੇ ਨੂੰ ਕੰਨਾ ਨਾ ਊੜਾ ਊੜੇ ਨੂੰ ਔਂਕੜ ਉੱਤੇ ਬਿੰਦੀ ਊ ਦੱਦਾ ਦੱਦੇ ਨੂੰ ਲਾਂਦੇ ਮਨਾਉਂਦੇ ਹਨ ਨੰਨਾ ਹਨ ਲੋਕੀ ਭੰਗੜੇ ਪਾਉਂਦੇ ਅਤੇ ਖੂਬ ਖੁਸ਼ੀਆਂ ਮਨਾਉਂਦੇ ਹਨ ਸਸਾ ਸਸੇ ਉੱਤੇ ਅੱਧਕ ਚੱਚਾ ਸੱਚ ਮਮਾ ਮਮੇ ਨੂੰ ਔਂਕੜ ਉੱਤੇ ਅੱਧਕ ਚੱਚਾ ਮੁੱੱਚ ਹਾ ਹਾਹੇ ਨੂੰ ਬਿਹਾਰੀ ਹੀ ਸੱਚਮੁੱਚ ਹੀ ਈੜੀ ਈੜੀ ਨੂੰ ਸਿਹਾਰੀ ਹਾਹਾ ਇਹ ਦਿਨ ਬੱਬਾ ਰੜਾ ਰੜੇ ਨੂੰ ਕੰਨੜਾ ਬੜਾ ਸ਼ਸ਼ਾ ਸ਼ਸ਼ੇ ਨੂੰ ਔਂਕੜ ਭੱਬਾ ਸ਼ੁੱਭ ਆੜਾ ਤੱਤਾ ਤਤੇ ਨੂੰ ਲਾਤੇ ਅਤੇ ਖੁਸ਼ੀਆਂ ਬੱਬਾ ਖਖਾ ਕਕੇ ਪੈਰ ਬਿੰਦੀ ਖ ਸਸੇ ਪੈਰ ਬਿੰਦੀ ਸ਼ ਨਾਣਾ ਹਨ ਵਖਸ਼ਣ ਮੀਨਜ਼ ਦੇਣ ਬਾਹ ਵਾਵੇ ਨੂੰ ਕੰਨਾ ਵਾ ਲੱਲਾ ਲੱਲੇ ਨੂੰ ਕੰਨਾ ਲਾ ਵਾਲਾ ਹਾਹਾ ਹੈ ਨੂੰ ਦੁਲਾਵਾ ਹੈ ਵਾਲਾ ਹੈ ਸੱਚਮੁੱਚ ਹੀ ਇਹ ਦਿਨ ਬੜਾ ਖੁਸ਼ੀਆਂ ਅਤੇ ਬੜਾ ਸ਼ੁਭ ਅਤੇ ਖੁਸ਼ੀਆਂ ਬਖਸ਼ਣ ਵਾਲਾ ਹੈ ਕਲੀਅਰ ਏ ਸੀ ਸਾਡਾ ਪਾਠ ਨੰਬਰ 10 ਵਿਸਾਖੀ ਜੋ ਸਾਨਾ ਲਈ ਬਹੁਤ ਹੀ ਖੁਸ਼ੀਆਂ ਭਰਿਆ ਤਿਉਹਾਰ ਹੈ ਇਸ ਵਿੱਚ ਕੀ ਹੁੰਦਾ ਹੈ ਕਣਕਾਂ ਪੱਕ ਕੇ ਤਿਆਰ ਹੋ ਜਾਂਦੀਆਂ ਹਨ ਅਤੇ ਕਣਕਾਂ ਦੀ ਵਾਢੀ ਸ਼ੁਰੂ ਹੋ ਜਾਂਦੀ ਹੈ ਇਕਸ ਮਹੀਨੇ ਮਨਾਇਆ ਜਾਂਦਾ ਹੈ ਵਿਸਾਖ ਦੇ ਮਹੀਨੇ ਜੋ ਕਿ ਅਪ੍ਰੈਲ ਵਿੱਚ ਆਉਂਦਾ ਹੈ 13 ਅਪ੍ਰੈਲ 13 ਅਪ੍ਰੈਲ ਵਿਸਾਖੀ ਵਾਲਾ ਦਿਨ ਹੁੰਦਾ ਹੈ ਕਲੀਅਰ ਪਰ ਪਹਿਲਾਂ ਤਾਂ ਕਣਕਾਂ ਦੀ ਕਟਾਈ ਵੜਾਈ ਗਹਾਈ ਸਾਰਾ ਕੁਝ ਹੱਥਾਂ ਨਾਲ ਹੁੰਦਾ ਸੀ ਪਰ ਅੱਜ ਕੱਲ ਇਹ ਸਾਰਾ ਕੰਮ ਮਸ਼ੀਨਾਂ ਨਾਲ ਹੋਣਾ ਸ਼ੁਰੂ ਹੋ ਗਿਆ ਹੈ ਵਿਸਾਖੀ ਵਾਲੇ ਦਿਨ ਦੀ ਇੱਕ ਇਤਿਹਾਸਿਕ ਮਹੱਤਤਾ ਵੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਰਾਈਟ ਸੋ ਇਸ ਦਿਨ ਨੂੰ ਲੋਕੀ ਬਹੁਤ ਹੀ ਚਾਹ ਤੇ ਹੁਲਾਸ ਨਾਲ ਮਨਾਉਂਦੇ ਹਨ ਸਤਿਮੁੱਚੀ ਇਹ ਦਿਨ ਬੜਾ ਸ਼ੁਭ ਤੇ ਖੁਸ਼ੀਆਂ ਬਖਸ਼ਣ ਵਾਲਾ ਹੁੰਦਾ ਹੈ ਕਲੀਅਰ ਸੋ ਸਟੂਡੈਂਟਸ ਇਸ ਚੈਪਟਰ ਨੂੰ ਦੁਬਾਰਾ ਰੀਡ ਕਰੋ ਅਤੇ ਸਮਝੋ ਰਾਈਟ ਇਸ ਦੇ ਓਕੇ ਸ਼ਬਦਾਂ ਦੇ ਅਰਥ ਅਤੇ ਸ਼ਬਦ ਅਰਥ ਅਸੀਂ ਲਾਈਵ ਕਲਾਸ ਵਿੱਚ ਕਰਾਂਗੇ ਰਾਈਟ ਓਕੇ ਸਟੂਡੈਂਟਸ ਥੈਂਕ ਯੂ